ਆਪਣਾ ਨਾਮ ਦੱਸ ਕੇ। ਮੇਰਾ ਨਾਮ ਧਰੁਵ ਜੇਤਲੀ ਹੈ, ਠੀਕ ਹੈ। ਇੱਕ FIR ਦਰਜ ਹੋਈ ਸੀ 20/9/2023 ਨੂੰ ਅਗੇਂਸਟ ਨੀਰੂ ਬਾਜਵਾ, ਉਹਦੇ ਪ੍ਰਤਾਪ ਸਿੰਘ ਅਤੇ ਨਾਲ ਦੀ ਨਾਲ ਜਗਦੀਪ ਵੜਿੰਗ ਦੇ ਉੱਤੇ, ਠੀਕ ਹੈ, ਜੋ ਕਿ ਬੂਹੇ ਬਾਰੀਆਂ ਦੇ ਪ੍ਰੋਡਿਊਸਰ, ਰਾਈਟਰ ਅਤੇ ਡਾਇਰੈਕਟਰ ਹੈ, ਠੀਕ ਹੈ। ਅਤੇ ਉਹ FIR ਦਰਜ ਹੋਈ ਸੀ ਸਿਮਰਨਜੀਤ ਕੌਰ ਵੱਲੋਂ, ਅਤੇ ਹੁਣ ਉਸ FIR ਦੇ ਵਿੱਚ ਅੱਜ ਤਰੀਕ ਸੀ ਜੋ ਕਿ ਨੀਰੂ ਬਾਜਵਾ ਜੀ ਆਏ ਹੈ, ਨਾਲ ਡਾਇਰੈਕਟਰ ਅਤੇ ਰਾਈਟਰ ਆਏ ਹੈ। ਇਹਨਾਂ ਦੀ ਮੰਗ ਸੀ ਕਿ ਵਾਲਮੀਕਿ ਤੀਰਥ 'ਤੇ ਜਾ ਕੇ ਉਹ ਨਤਮਸਤਕ ਹੋਣ। ਡਾਇਰੈਕਟਰ ਅਤੇ ਰਾਈਟਰ ਉਹ ਨਤਮਸਤਕ ਹੋ ਚੁੱਕੇ ਆ, ਨੀਰੂ ਬਾਜਵਾ ਮੈਮ ਰਹਿੰਦੇ ਆ, ਅਤੇ ਉਹ ਹੋਣਗੇ ਅਤੇ ਉਸ ਤੋਂ ਬਾਅਦ ਫੈਸਲਾ ਹੋਏਗਾ। ਕੋਰਟ ਵੱਲੋਂ ਇਹੀ ਫੈਸਲਾ ਦਿੱਤਾ ਗਿਆ ਕਿ ਉਹ ਨਤਮਸਤਕ ਹੋਣ, ਅਤੇ ਉਸ ਤੋਂ ਬਾਅਦ ਫਿਰ ਅੱਜ ਦੀ ਤਰੀਕ ਪਈ, ਅੱਜ ਨੋਰਮਲ ਤਰੀਕ। ਜੀ ਜੀ, ਉਹ ਸੈਟਿਸਫਾਈ ਹੈ ਜੀ। ਜੱਜ ਨੇ ਵੀ ਉਹਨਾਂ ਨੂੰ ਇਹੀ ਆਰਡਰ ਦਿੱਤੇ ਆ ਕਿ ਤੁਸੀਂ ਪੇਸ਼ ਹੋਵੋ, ਉੱਥੇ ਨਤਮਸਤਕ ਹੋਵੋ, ਅਤੇ ਨਾਲ ਦੀ ਨਾਲ ਦੋਨੋਂ ਪਾਰਟੀਜ਼ ਸੈਟਿਸਫਾਈਡ ਹੈ। ਅਤੇ ਇਹਨਾਂ ਕੀ ਇਹ ਵੀ ਚਾਹੁੰਦੇ ਸੀ ਕਿ ਨਾ ਇਹਦੇ ਵਿੱਚ ਕੋਈ ਪੈਸੇ ਦਾ ਲੈਣ ਦੇਣ ਹੋਇਆ, ਨਾ ਕੋਈ ਥ੍ਰੈਟ ਹੋਇਆ ਇਹਨਾਂ ਨੂੰ। ਨਹੀਂ ਸਰ, ਹਜੇ ਸ਼ਾਮੀ ਪਤਾ ਲੱਗੇਗਾ, ਅਗਲੀ ਤਰੀਕ। ਆਪਣਾ ਨਾਮ ਦੱਸ ਕੇ ਸਾਰਿਆਂ ਨੂੰ ਜੈ ਭੀਮ, ਜੈ ਸੰਵਿਧਾਨ। ਮੇਰਾ ਨਾਮ ਸਿਮਰਨਜੀਤ ਕੌਰ ਆ, ਮੈਂ ਭਾਰਤੀ ਮੂਲ ਨਿਵਾਸੀ ਮੁਕਤੀ ਮੋਰਚੇ ਤੋਂ, ਮਹਿਲਾ ਵਿੰਗ ਪੰਜਾਬ ਪ੍ਰਧਾਨ। ਜਿੱਦਾਂ ਕਿ ਕੁਛ ਦਿਨਾਂ ਤੋਂ ਬਹੁਤ ਮੁੱਦਾ ਗੰਭੀਰ ਚੱਲਦਾ ਪਿਆ, ਇੱਕ ਫਿਲਮ ਸੀਗੀ ਬੂਹੇ ਬਾਰੀਆਂ ਨੀਰੂ ਬਾਜਵਾ ਵੱਲੋਂ, ਜੋ ਕਿ ਸਾਡੇ ਸਮਾਜ ਨੂੰ ਨੀਚਾ ਦਿਖਾਇਆ ਗਿਆ। ਅਤੇ ਪਰਚਾ ਕਰਾਉਣ ਦੇ ਸਮੇਂ ਵੀ ਮੇਰੀ ਇਹੀ ਮੰਗ ਸੀਗੀ ਕਿ ਭੈਣ ਨੀਰੂ ਬਾਜਵਾ ਸਾਡੇ ਪਾਵਨ ਵਾਲਮੀਕਿ ਤੀਰਥ ਆਣ ਕੇ ਮੱਥਾ ਟੇਕੇ, ਔਰ ਆਪਣੀ ਜੋ ਕਿ ਗਲਤੀ ਆ ਉਹ ਰਿਲੀਜ਼ ਕਰੇ, ਜੋ ਕਿ ਇਸ ਭੈਣ ਨੇ ਹੁਣ ਰਿਲੀਜ਼ ਕੀਤੀ ਆ। ਮਾਨ ਜੋ ਕੋਰਟ ਦੇ ਵਿੱਚ ਆਈ ਆ, ਉਹਨੇ ਇਹ ਚੀਜ਼ ਕਹੀ ਸੀਗੀ ਕਿ ਮੈਂ ਆਸ਼ਰਮ ਮੱਥਾ ਟੇਕੂੰ। ਪ੍ਰੋਡਿਊਸਰ ਡਾਇਰੈਕਟਰ ਨੇ ਮੱਥਾ ਟੇਕ ਲਿਆ ਸਾਡੀ ਇਸ ਭੈਣ ਨੂੰ ਵੀ, ਮੈਂ ਉਹਨੂੰ ਸ਼ਬਦਾਵਲੀ ਨਹੀਂ ਗਲਤ ਵਰਤਾਂਗੀ, ਤੁਹਾਡੀ ਭੈਣ ਆ, ਸਾਡੇ ਸਮਾਜ ਦੀ ਹੈ, ਮੈਂ ਕਾਸਟਾਂ ਬਾਰੇ ਪ੍ਰਤੀ ਨਹੀਂ ਕਿਸੇ ਨੂੰ ਵੀ ਬੋਲਦੀ, ਧੀਆਂ ਦੀ ਕੋਈ ਜਾਤ ਨਹੀਂ ਹੁੰਦੀ। ਮੈਂ ਨੀਰੂ ਭੈਣ ਨੂੰ ਇਹ ਚੀਜ਼ ਕਹਿਣਾ ਚਾਹੁੰਦੀ ਹਾਂ ਕਿ ਸੰਤ ਮਲਕੀਨਾਥ ਜੀ ਦੇ ਸਤਿਗੁਰਾਂ ਦੇ ਆਣ ਕੇ ਚਰਨਾਂ ਦੇ ਵਿੱਚ ਪੈਣ, ਮੱਥਾ ਟੇਕਣ, ਅਤੇ ਅਸੀਂ ਸ਼ਮਾ ਕਰ ਦੇਵਾਂਗੇ। ਪ੍ਰਭਜੋਤ, ਡਾਕਟਰ ਪ੍ਰਭਜੋਤ। ਪਤਾ ਲੱਗਾ ਕਿ ਨਾਮ ਅੰਦਰ VIP ਟ੍ਰੀਟਮੈਂਟ ਦਿੱਤਾ ਗਿਆ ਉਹਨਾਂ ਨੂੰ? ਜੀ ਨਹੀਂ ਜੀ, ਜਿੱਦਾਂ ਦਾ ਹੀ ਉਹਨਾਂ ਨੂੰ ਬਿਠਾਇਆ ਉਦਾਂ ਦਾ ਹੀ ਸਾਨੂੰ ਬਿਠਾਇਆ। ਜੱਜ ਦੇ ਕਮਰੇ 'ਚ ਪਿਛਲੇ ਰੂਮ 'ਚ ਬਾਹਰ ਲਿਖਿਆ ਗਿਆ ਸਾਰਾ ਕੁਝ ਸਰ? ਉਹਦੇ ਵਿੱਚ ਹੀ ਮੈਨੂੰ ਬਿਠਾਇਆ ਗਿਆ ਸੀਗਾ, ਉਹਦੇ ਵਿੱਚ ਹੀ ਮੈਨੂੰ ਪੁੱਛਿਆ ਗਿਆ ਜੱਜ ਸਾਹਿਬ ਨੇ ਕਿ ਮੈਂ ਸੁਣੀਆਂ ਸੁਣਾਈਆਂ ਗੱਲਾਂ 'ਤੇ ਨਹੀਂ। ਉਸ ਟਾਈਮ 'ਤੇ ਮੈਂ ਵੀ ਉੱਥੇ ਸੀਗੀ, ਜੱਜ ਸਾਹਿਬ ਨੇ ਮੈਨੂੰ ਇਹ ਪੁੱਛਿਆ ਸੀਗਾ ਕਿ ਤੁਹਾਨੂੰ ਕਿਸੇ ਦਾ ਦਬਾਅ ਤਾਂ ਨਹੀਂ, ਕਿ ਉਹਨਾਂ ਨੇ ਬਹੁਤ ਵਧੀਆ ਤਰੀਕੇ ਦੇ ਨਾਲ ਸਾਨੂੰ ਪੁੱਛਿਆ ਵਾ, ਅਤੇ ਬਹੁਤ ਤਰੀਕੇ ਦੇ ਨਾਲ ਹੋਇਆ। ਇੱਦਾਂ ਦਾ ਕੋਈ ਵੀ ਨਹੀਂ ਹੈ ਕਿ ਉਹਨਾਂ ਨੂੰ ਵੱਖਰਾ, ਕਿਉਂਕਿ ਉਹ ਮਦਈ ਸੀਗੇ, ਸੋਰੀ ਮੁਜਰਮ ਸੀਗੇ ਅਤੇ ਮੈਂ ਮਦਈ ਸੀਗੀ, ਉਸੇ ਕੈਟਾਗਰੀ 'ਚ ਮੈਂ ਖੜੀ ਹਾਂ ਅਤੇ ਉਸੇ 'ਚ ਉਹ ਖੜੇ ਆ, ਕਿਉਂਕਿ ਸੰਵਿਧਾਨ ਦੇ ਵਿੱਚ ਕਿਸੇ ਨੂੰ ਇਹ ਨਹੀਂ ਹੈ ਕਿ ਉਹਨਾਂ ਨੂੰ ਬਿਠਾ ਕੇ ਅਸੀਂ ਕੌਫੀਆਂ ਪਿਵਾਵਾਂਗੇ ਅਤੇ ਮਦਈ ਜਿਹੜੇ ਉਹ ਬਾਹਰ ਖੜੇ ਹੋਣਗੇ। ਮੇਰਾ ਨਾਮ ਜਗਦੀਪ ਵੜਿੰਗ ਹੈ ਜੀ, ਬੂਹੇ ਬਾਰੀਆਂ ਫਿਲਮ ਲਿਖੀ ਹੈ ਜੀ ਮੈਂ। ਅੱਜ ਕਿੱਥੇ ਪਹੁੰਚੇ ਤੁਸੀਂ? ਅੱਜ ਅੰਮ੍ਰਿਤਸਰ ਕੋਰਟ 'ਚ ਆਏ ਹਾਂ ਜੀ ਅਸੀਂ। ਸਾਡੀ ਬੂਹੇ ਬਾਰੀਆਂ ਫਿਲਮ ਦਾ ਜਿਹੜਾ ਸਾਡਾ, ਤੁਸੀਂ ਪਿੱਛੇ ਸੁਣਿਆ ਹੋਣਾ ਮਸਲਾ ਜੋ ਸੀਗਾ, ਉਹ ਉਹਦੇ ਬਾਰੇ ਆਏ ਹਾਂ, ਜਿੱਥੇ ਉਹ ਸਾਡਾ ਕੰਪਲੀਟ ਹੋ ਗਿਆ ਜੀ ਸਾਰਾ। ਉਹ 'ਚ ਕੁਛ ਸ਼ਬਦਾਂ 'ਤੇ ਆਪੱਤੀ ਸੀ ਜੀ ਲੋਕਾਂ ਨੂੰ, ਕੁਛ ਲੋਕਾਂ ਨੂੰ, ਅਤੇ ਉਹ ਅਸੀਂ ਉਹਨਾਂ ਤੋਂ ਮਾਫ਼ੀ ਮੰਗ ਲਈ ਹੈ ਜੀ ਸੋਸ਼ਲ ਮੀਡੀਆ 'ਤੇ, ਅਤੇ ਨਤਮਸਤਕ ਵੀ ਹੋ ਗਿਆ ਜੀ। ਤੇ ਉਸ ਤੋਂ ਬਾਅਦ ਚਲੋ, ਉਹ ਤੁਹਾਨੂੰ ਵੀ ਪਤਾ ਹੀ ਹੈ ਕਿ ਮਾਫ਼ੀ ਮੰਗਣ ਤੋਂ ਬਾਅਦ ਜੇ ਕੋਈ ਬੰਦਾ ਕਿਸੇ ਨੂੰ ਦਿਲ ਦਿਖਾਉਣਾ ਤਾਂ ਕਦੇ ਕਿਸੇ ਵੀ ਫਿਲਮ ਦਾ ਮਕਸਦ ਨਹੀਂ ਹੁੰਦਾ, ਨਾ ਸਾਡੇ ਮਕਸਦ ਸੀਗਾ, ਤੇ ਜੇ ਉਹ ਉਹਨਾਂ ਨੇ, ਅਸੀਂ ਹੱਥ ਜੋੜ ਕੇ ਮਾਫ਼ੀ ਮੰਗੀ ਤੇ ਉਹਨਾਂ ਨੇ ਵੱਡੇ ਦਿਲ ਨਾਲ ਸਾਨੂੰ ਮਾਫ਼ ਕੀਤਾ ਜੀ। ਇਹੀ ਤਾਂ ਸਾਡਾ ਸਮਾਜ, ਇਹੀ ਤਾਂ ਸਾਡਾ ਪੰਜਾਬ ਹੈ। ਨਹੀਂ ਆਪਣਾ, ਨਹੀਂ ਆਪਣਾ, ਮੈਂ ਤੁਹਾਨੂੰ ਦੱਸੀ ਰਹਿਣਾ, ਆਪਣਾ ਆਪਣਾ ਮਾਫ਼ੀ ਆਪਾਂ ਮੰਗੀਏ ਜੀ ਉਸ ਚੀਜ਼ ਦੀ, ਤੇ ਕੋਰਟ ਨੇ ਬੜਾ ਸਤਿਕਾਰਯੋਗ, ਕੋਰਟ ਨੇ ਸਾਨੂੰ ਸਾਡੇ ਉਹ ਮਤਲਬ ਅਜੇ ਫੈਸਲਾ ਆਇਆ ਨਹੀਂ,
ਹਾਂਜੀ ਹੋਰ ਥੋੜੇ ਟਾਈਮ ਚ 10-15-20 ਮਿੰਟ ਚ ਪਤਾ ਲੱਗ ਜੂਗਾ ਜੀ। ਪਰ ਤੁਸੀਂ ਮਾਫੀ ਮੰਗ ਲਈ ਸੀ? ਹਾਂਜੀ ਅਸੀਂ ਤਾਂ ਸੋਸ਼ਲ ਮੀਡੀਆ ਤੇ ਵੀ ਮੰਗੀ ਹੈ ਜੀ, ਤੁਸੀਂ ਦੇਖਿਆ ਹੋਣਾ ਸਾਰਿਆਂ ਨੇ, ਜਿਹੜਾ ਤੁਹਾਡਾ ਕੰਪਲੇਂਟ ਕੀਤੀ ਗਈ ਸੀ। ਹਾਂਜੀ 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 ਉਹ ਵੀ ਆਏ ਸਰ। ਪਰ ਉਹ ਕੁਝ ਸਮਾਜ ਦੇ ਬੰਦੇ ਕਹਿੰਦੇ ਤੁਸੀਂ ਰਾਮ ਕਿਰਤ ਮੰਦਰ ਜਾ ਕੇ ਫੇਰ ਹੀ ਮਾਫੀ ਆਪਾਂ ਕਬੂਲ ਮੰਗ ਲਈ ਜੀ, ਮੰਗ ਲਈ ਕਬੂਲ ਕਰ ਲਈ ਜੀ, ਉੱਥੇ ਮੱਥਾ ਟੇਕ ਕੇ ਆਇਆ ਸਪੈਸ਼ਲਿਸਟ ਜਾ ਕੇ ਮੰਗ ਲਈ।